ਰੱਖਿਆ ਖੋਜ ਤੇ ਵਿਕਾਸ ਸੰਗਠਨ ਡੀਆਰਡੀਓ ਦੀ ਦਿੱਲੀ ਸਥਿਤ ਪ੍ਰਯੋਗਸ਼ਾਲਾ ਅਗ ਵਿਸਫੋਟਕ ਅਤੇ ਵਾਤਾਵਰਣ ਸੁਰੱਖਿਆ ਕੇਂਦਰ ਨੇ ਵਰਟੀਕਲ ਸ਼ਾਫਟ ਆਧਾਰਿਤ ਇੱਕ ਜ਼ਮੀਨਦੋਜ਼ ਗੋਲਾ ਬਾਰੂਦ ਭੰਡਾਰਨ ਸਹੂਲਤ ਨੂੰ ਡਿਜ਼ਾਈਨ ਅਤੇ ਵਿਕਸਿਤ ਕੀਤਾ ਹੈ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਇਸ ਨਾਲ ਵਿਸਫੋਟ ਹੋਣ ਦੇ ਹਾਲਾਤ ਵਿੱਚ ਆਸ-ਪਾਸ ਦੇ ਧਾਇਰੇ ਵਿੱਚ ਘੱਟ ਨੁਕਸਾਨ ਹੋਵੇਗਾ ਤੇ ਵਿਸਫੋਟ ਦਾ ਅਸਰ ਉੱਪਰ ਵੱਲ ਹੋਵੇਗਾ ਇਸ ਭੰਡਾਰਨ ਸਹੂਲਤ ਦਾ ਸਫਲ ਪ੍ਰੀਖਣ ਪਿਛਲੇ ਮਹੀਨੇ ਦੀ 30 ਤਰੀਕ ਨੂੰ ਕੀਤਾ ਗਿਆ ਇਸ ਵਿਸ਼ੇਸ਼ ਡਿਜ਼ਾਈਨ ਦੇ ਕਾਰਨ ਕਿਸੇ ਵੀ ਹਵਾਈ ਹਮਲੇ ਜਾਂ ਜ਼ਮੀਨੀ ਹਮਲੇ ਦੇ ਹਾਲਾਤ ਵਿੱਚ ਉੱਥੇ ਰੱਖੇ ਗਏ ਗੋਲਾ ਬਾਰੂਦ ਦੀ ਸਿਖਰਲੇ ਪੱਧਰ ਤੇ ਸੁਰੱਖਿਆ ਯਕੀਨੀ ਹੋ ਸਕੇਗੀ